ਆ ਦੇਖ ਨਾਨਾ ਉਮਤ ਦਾ ਹਾਲੇ ਤਵਜੋ ਕਰੋ ਆ ਦੇਖ ਨਾਨਾ ਉਮਤ ਦਾ ਹਾਲੇ 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 ਸਤਵੀਂ ਤੋਂ ਪਿਆਸੇ ਹਨ ਮੇਰੇ ਬਾਲੇ ਸਤਵੀਂ ਤੋਂ ਪਿਆਸੇ ਹਨ ਮੇਰੇ ਬਾਲੇ ਪਿਆਸੇ ਬਾਲ ਸਾਰੇ ਮੈਂ ਗੁਹਾਈ ਵੇਂਦਾ ਮੈਂ ਗੁਹਾਈ ਵੇਂਦਾ ਉਹ ਆ ਦੇਖ ਨਾਨਾ ਆ ਦੇਖ ਨਾਨਾ ਉਮਤ ਦਾ ਹਾਲੇ ਦੇਖ ਨਾਨਾ ਮੈਦਾਨ ਕਰਬਲਾ ਦੇ ਅੰਦਰ ਸਯਦਾ ਦੇ ਨਾਨਾ ਮਤ ਰਹੂ ਹੁਸੈਨਾ ਜੋ ਗਮੂ ਜੇ ਜਾ ਕੇ ਜਾਂਦੇ ਆਵੇ ਜਾਂਦੀ ਖਾਦਰ ਜੁਮਾ ਦੇ ਖੁਤਬੇ ਛੋੜ ਦੇ ਆਵੇ ਨਾਨਾ ਜੇ ਜਿਹੜੇ ਜ਼ੁਲਮ ਦੇ ਪਹਾੜ ਤੋੜਨ ਮਗਰ ਬਰਦਾਸ਼ ਕਰੇ ਸਾਹਮਣੇ ਦਿਲ ਦੇ ਅੰਦਰ ਹਿੱਕਾ ਤਮੰਨਾ ਹੈ ਅਲੀ ਦਲਾਲ ਦਾ ਖੜੇ ਉਹ ਕਿਹੜੀ ਤਮੰਨਾ ਤਵਜੋ ਦੇ ਸ਼ੇਰ ਦੀ ਯਾਦ ਕਹਿਣਾ ਸਯਦਾ ਦਾ ਖੜਾ ਹੀ ਆ ਤਮੰਨਾ ਹੈ ਆਬਾਦ ਰਹਾਵੇ ਇਹ ਦਿਨ ਤੇਰਾ ਬਾਦ ਰਹਾਵੇ ਇਹ ਦਿਨ ਤੇਰਾ ਕੋਈ ਨੀ ਤੋੜੇ ਇਥਨਾ ਨਾ ਮੇਰਾ ਰਿਹਾ ਕੋਈ ਨੀ ਤੋੜੇ ਇਥਨਾ ਨਾ ਮੇਰਾ ਰਿਹਾ ਕੋਈ ਨੀ ਤੋੜੇ ਇਥਨਾ ਨਾ ਮੇਰਾ ਇਸਲਾਮ ਰੋਂਦੇ ਕੋ ਗਲਦਾਈ ਵੇਂਦਾ ਗਲਦਾਈ ਵੇਂਦਾ ਆ ਦੇਖ ਨਾਨਾ ਆ ਦੇਖ ਨਾਨਾ ਉਮਤ ਦਾ ਹਾਲੇ ਕਰਬਲਾ ਦੇ ਅੰਦਰ ਕੈਸੇ ਜੋਹਾ ਲਿਖਾ ਗਿਆ ਮੈਂ ਪਿਆਰ ਕਰੇਂਦਾ ਲਿਖਿਆ ਕਰਬਲੇ ਮਤਲਬ ਨਾ ਦੇਂਦਾ ਤੇ ਬਿਨ ਕਲਮ ਦਵਾਤ ਹੁਸੈਨ ਕਰਬਲ ਦੇ ਜ਼ਲੇ ਜ਼ਲੇ ਤੇ ਲਿਖੇ ਕੁਲ ਹਾਲਾਤ ਹੁਸੈਨ ਮਿਲ ਕੇ ਬੋਲੋ ਜਵਾਬਾ ਹੁਸੈਨ ਅੱਲਾ ਰਾਜੀ ਮੈਂ ਕੌਣ ਹੁਸੈਨ ਅੱਜ ਖੜਾ ਕਰੇਂਦਾ ਜਿਹਦੀ ਤਖਤ ਯਜ਼ੀਦ ਤੇ ਤੱਕ ਨਹੀਂ ਪਈ ਓ ਪੀਰ ਹੁਸੈਨ ਨਵਾਬੇ ਜੈ ਇੱਕ ਸੌ ਇੱਕ ਵੀ ਤੀਰੇ ਦਾ ਦਿੱਤਾ ਸਬਰ ਦੇ ਨਾਲ ਜਵਾਬ ਜ਼ਫਾਰ ਜੋ ਹੱਜ ਡਾਏ ਪਈ ਕਈ ਸੌਦਾ ਨਫੇਲ ਸਵਾਬੇ ਮਿਲ ਕੇ ਬੋਲੋ ਜਵਾਬਾ ਹੁਸੈਨ ਬਸ ਆਖਰੀ ਬੰਦ ਪੜਾ ਯਾਦ ਚਾਵਾਂ ਕਾਰੀ ਸ਼ਹਿਦ ਅਲੀ ਕੇ ਸਫਰ ਫਰਮੇਸ਼ ਕੀਤੀ ਹੈ ਬੰਦ ਕਿਉਂ ਨਹੀਂ ਪੜਦੇ ਮੈਂ ਵੀ ਯਾਦ ਕਰੇਂਦਾ ਅਲੀ ਦਲਾਲ ਮੈਦਾਨ ਕਰਬਲਾ ਦੇ ਅੰਦਰ ਸਾਰੇ ਰਫਾਕਾ ਬਾਬ ਕੁਰਬਾਨ ਕਰਾਈ ਖੜੇ ਸੈਯਦ ਤਮ ਤਨਹਾ ਕੇ ਲਾਸ਼ਮਿਰ ਕਮੀਨਾ ਆਏ ਬੰਦਾ ਹੁਸੈਨ ਦਾ ਸਾਥਮ ਤੂੰ ਜੁਦਾ ਕਰਾ ਯਜ਼ੀਦ ਕਨੇ ਇਨਾਮ ਗਿਣਾ ਜਦਾ ਇਹ ਕਮੀਨਾ ਆਇਆ ਆਦੇ ਜਲਦੀ ਕਰੋ ਹੁਸੈਨ ਮੈਂ ਇਨਾਮ ਗਿਣੇ ਫਰਮਾ ਲੰਤਿਆ ਤਵੀ ਇਨਾਮ ਗਿਣੇ ਤੇ ਹੁਸੈਨ ਵੀ ਇਨਾਮ ਗਿਣੇ ਚਬੋਲ ਸ਼ਿਮਰਾ ਦੇ ਤੁਸਾਂ ਕਹਿੰਦੇ ਕਿ ਇਨਾਮ ਗਿਣੇ ਤੁਸਾਂ ਦਾ ਖਤਮ ਹੋਵੇ ਜੋ ਫਰਮਾਇਆ ਕਦੇ ਹੀ ਨਹੀਂ ਹੋ ਸਕਦਾ ਨਾ ਹੁਸੈਨ ਦਾ ਵੀ ਜ਼ਿੰਦਾ ਰਾਸੀ ਨਾ ਯਜ਼ੀਦ ਦਾ ਵੀ ਜ਼ਿੰਦਾ ਰਾਸੀ ਮਗਰ ਫਰਕ ਸੁਣ ਗਏ ਜਦੋਂ ਯਜ਼ੀਦ ਦਾ ਨਾਂ ਸੀ ਲੋਕ ਬੇਸ਼ੁਮਾਰ ਲੰਤਾਂ ਭਿਜੇ ਸਨ ਜਦੋਂ ਹੁਸੈਨ ਦਾ ਨਾਂ ਸੀ ਲੋਕ ਦਰੂਦ ਭਿਜੇ ਸਨ ਚਲੋ
توجہ فرمایا سو جڑائی کمینے نے سر تن تو جدا کیتا دھڑ انج بولیندے سر انج بولیندے کوفی کٹھے تھے یار کیا بنسی اساں دا یہ خاموش ہوئے سی لوہے دی پتری منگائی نیزا منگایا حسین دے حلقوم دے اندر ٹپوئیں دا سر نیزے دی نوک تے سوار کرو جدا لوہے دی پتری منگائی حسین پاک دے آکھو نا سر نیزے دی نوک تے سوار کیتا سر حسین وچوں آواز آئی فرما کوفیو نیزے دی نوک تے سوار کرن تہاڈا کم اے قرآن سناون علی دلال دا کم اچھا بول توجہ تے آخری باتاں بھی یاد کرے نا تو نے گل شبیر دے خنجر چلے تبلیغ جمان دی رکی نہیں حیران شمل تے مقتل وچ آواز آزان دی رکی نہیں رکی نہیں سارے توڑے آ میرے شامت گئے منزل قرآن دی رکی اچھا بولو چا سبحان اللہ اللہ خوش رکھے بار آخری بند کا ہمت کی بیٹھے پڑھے نہ بیٹھے توجہ فرمیسو جڑا سر نے جدی نوک تے سوار کیتا دنیا حیران ہے عجیب کاری قرآن دھڑ نال کہانی سر نیزے دی نوک تے سوار منہ اللہ دے قرآن دی منزل جاری ہے ایویں حیران تھی کہ دیکھ کے پوچھ جن تو کتنا وسدا کاری ہے تے دس کے قرآن پڑھایا ایویں کوئی کاری نہیں پڑھ سکتا قرآن سنایا بڑیا امیرے سنگا تے چڑھ کے آکھا شبیرے سنگا تے چڑھ کے آکھا شبیرے ایویں نہ پڑسی کوئی امیرے ایویں نہ پڑسی کوئی امیرے قرآن جیویں میں سنائی ویندا